ਤੇ ਦੁਆ ਵਿੱਚ ਹੋਰਨਾ ਪੰਥਾਂ ਵਾਂਗ ਵਾਰ ਵਾਰ ਗੱਲਾਂ ਨਾ ਦੁਹਰਾਇਆ ਕਰੋ, ਕਿਉਂਕਿ ਉਹ ਸਮਝਦੇ ਨੇ ਬਹੁਤਾ ਬੋਲਣ ਨਾਲ ਉਹਨਾਂ ਦੀ ਸੁਣੀ ਜਾਵੇਗੀ। ਲਿਹਾਜ਼ਾ ਉਹਨਾਂ ਵਰਗੇ ਨਾ ਬਣ ਜਾਣਾ, ਕਿਉਂਕਿ ਤੁਹਾਡਾ ਰੱਬ ਤੁਹਾਡੀਆਂ ਜ਼ਰੂਰਤਾਂ ਜਾਣਦਾ ਏ ਤੁਹਾਡੇ ਮੰਗਣ ਤੋਂ ਵੀ ਪਹਿਲਾਂ। ਮੈਥਿਊ 6 ਵੋਲਗਾ ਦੇ ਇਲਾਕੇ ਦੀ ਇੱਕ ਲੋਕ ਕਥਾ। ਦੋਸਤੋ, ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਿਹਾ ਲਿਓ ਤੋਲਸਟਾਏ ਦੀ ਲਿਖੀ ਕਹਾਣੀ ਤਿੰਨ ਦਰਵੇਸ਼। ਇਹ ਕਹਾਣੀ 1886 ਵਿੱਚ ਪ੍ਰਕਾਸ਼ਿਤ ਹੋਈ ਸੀ ਅਤੇ ਅੰਗਰੇਜ਼ੀ ਕਹਾਣੀ ਦਿ 3 ਹਰਮਿਟਸ ਤੋਂ ਇਸਦਾ ਪੰਜਾਬੀ ਅਨੁਵਾਦ ਕੀਤਾ ਹੈ ਚਰਨ ਗਿੱਲ ਨੇ। ਇੱਕ ਪਾਦਰੀ ਅਰਖਾਂਗੇਲਸਕ ਤੋਂ ਸਮੁੰਦਰ ਦੇ ਰਸਤੇ ਸਲੋਵੇਸਟਿਕ ਮੱਠ ਦਾ ਸਫ਼ਰ ਕਰ ਰਿਹਾ ਸੀ। ਉਸੇ ਜਹਾਜ਼ ਵਿੱਚ ਹੋਰ ਵੀ ਤੀਰਥ ਯਾਤਰੀ ਸਵਾਰ ਸਨ। ਸਫ਼ਰ ਆਸਾਨ ਸੀ, ਮੌਸਮ ਖੁਸ਼ਗਵਾਰ ਅਤੇ ਹਵਾ ਸਾਥ ਦੇ ਰਹੀ ਸੀ। ਮੁਸਾਫਰ ਡੈੱਕ 'ਤੇ ਲਿਟੇ ਹੋਏ ਰਹਿੰਦੇ, ਖਾਂਦੇ ਪੀਂਦੇ ਜਾਂ ਗਰੋਹਾਂ ਵਿੱਚ ਬੈਠ ਕੇ ਗੱਪ ਸ਼ੱਪ ਲਗਾਉਂਦੇ। ਪਾਦਰੀ ਵੀ ਡੈੱਕ 'ਤੇ ਆ ਗਿਆ ਅਤੇ ਇੱਧਰ ਉੱਧਰ ਚੱਕਰ ਲਗਾਉਣ ਲੱਗਾ। ਤਦ ਉਸਦਾ ਧਿਆਨ ਜਹਾਜ਼ ਦੇ ਬਾਰਬਾਨ ਕੋਲ ਖੜ੍ਹੇ ਕੁਝ ਲੋਕਾਂ 'ਤੇ ਪਿਆ, ਜੋ ਇੱਕ ਮਛੇਰੇ ਦੀ ਗੱਲ ਬੜੀ ਗੌਰ ਨਾਲ ਸੁਣ ਰਹੇ ਸਨ। ਮਛੇਰਾ ਸਮੁੰਦਰ ਦੇ ਵੱਲ ਉਂਗਲ ਨਾਲ ਇਸ਼ਾਰਾ ਕਰਕੇ ਲੋਕਾਂ ਨੂੰ ਕੁਝ ਦੱਸ ਰਿਹਾ ਸੀ। ਪਾਦਰੀ ਨੇ ਰੁਕ ਕੇ ਉਸ ਸੇਧ ਵੱਲ ਦੇਖਿਆ ਜਿੱਧਰ ਮਛੇਰਾ ਇਸ਼ਾਰਾ ਕਰ ਰਿਹਾ ਸੀ, ਪਰ ਉਹਨੂੰ ਲਿਸ਼ਕਾਂ ਮਾਰਦੇ ਸਮੁੰਦਰ ਦੇ ਸਿਵਾ ਕੁਝ ਵਿਖਾਈ ਨਾ ਦਿੱਤਾ। ਗੱਲਬਾਤ ਸੁਣ ਲਈ ਪਾਦਰੀ ਉਹਨਾਂ ਲੋਕਾਂ ਦੇ ਥੋੜ੍ਹਾ ਹੋਰ ਨੇੜੇ ਗਿਆ, ਪਰ ਮਛੇਰੇ ਨੇ ਉਸਨੂੰ ਵੇਖਦੇ ਹੀ ਆਦਰ ਨਾਲ ਟੋਪੀ ਉਤਾਰੀ ਅਤੇ ਖਾਮੋਸ਼ ਹੋ ਗਿਆ। ਬਾਕੀ ਲੋਕਾਂ ਨੇ ਵੀ ਆਪਣੀਆਂ ਟੋਪੀਆਂ ਉਤਾਰੀਆਂ ਅਤੇ ਸਿਰ ਨਿਵਾਏ। ਮੈਂ ਤੁਹਾਨੂੰ ਤੰਗ ਨਹੀਂ ਕਰਨ ਆਇਆ ਦੋਸਤੋ, ਪਾਦਰੀ ਬੋਲਿਆ, ਸਗੋਂ ਮੈਂ ਤਾਂ ਉਹਨਾਂ ਭਾਈ ਸਾਹਿਬ ਦੀ ਗੱਲ ਸੁਣਨ ਆਇਆ। ਮਛੇਰਾ ਸਾਨੂੰ ਦਰਵੇਸ਼ਾਂ ਬਾਰੇ ਦੱਸ ਰਿਹਾ ਸੀ, ਦੂਸਰਿਆਂ ਦੀ ਨਿਸਬਤ ਤੇਜ਼ ਤਰਾਜ਼ ਇੱਕ ਸੁਦਾਗਰ ਬੋਲਿਆ। ਕਿਹੜੇ ਦਰਵੇਸ਼? ਪਾਦਰੀ ਨੇ ਜਹਾਜ਼ ਦੇ ਕੋਨੇ 'ਤੇ ਪਏ ਇੱਕ ਡਿੱਬੇ ਉੱਤੇ ਬੈਠਦੇ ਹੋਏ ਪੁੱਛਿਆ। ਮੈਨੂੰ ਵੀ ਦੱਸੋ, ਮੈਨੂੰ ਵੀ ਪਤਾ ਚੱਲੇ ਤੁਸੀਂ ਕਿਸ ਚੀਜ਼ ਵੱਲ ਇਸ਼ਾਰਾ ਕਰ ਰਹੇ ਹੋ। ਉਹ ਟਾਪੂ ਨਜ਼ਰ ਆ ਰਿਹਾ, ਬੰਦੇ ਨੇ ਜਵਾਬ 'ਚ ਥੋੜ੍ਹਾ ਜਿਹਾ ਸੱਜੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ। ਉਹੀ ਟਾਪੂ ਏ ਜਿੱਥੇ ਰੂਹਾਨੀ ਨਿਜਾਤ ਖਾਤਰ 3 ਦਰਵੇਸ਼ ਰਹਿੰਦੇ ਨੇ। ਕਿੱਧਰ ਹੈ ਟਾਪੂ? ਮੈਨੂੰ ਤਾਂ ਕੁਝ ਨਜ਼ਰ ਨਹੀਂ ਆ ਰਿਹਾ, ਪਾਦਰੀ ਨੇ ਜਵਾਬ ਦਿੱਤਾ। ਉੱਧਰ ਥੋੜ੍ਹੇ ਜਿਹੇ ਫਾਸਲੇ 'ਤੇ ਜੇਕਰ ਤੁਸੀਂ ਮੇਰੇ ਹੱਥ ਦੀ ਸੇਧ ਵੱਲ ਦੇਖੋ ਤਾਂ ਛੋਟਾ ਜਿਹਾ ਬੱਦਲ ਨਜ਼ਰ ਆਵੇਗਾ, ਉਸਦੇ ਹੇਠਾਂ ਜ਼ਰਾ ਖੱਬੇ ਮੱਧਮ ਜਿਹੀ ਪੱਟੀ ਹੈ, ਉਹੀ ਟਾਪੂ ਏ। ਪਾਦਰੀ ਨੇ ਗੌਰ ਨਾਲ ਦੇਖਿਆ, ਪਰ ਉਹਨੂੰ ਸਿਵਾਏ ਚਮਕਦੇ ਪਾਣੀ ਦੇ ਹੋਰ ਕੁਝ ਵਿਖਾਈ ਨਾ ਦਿੱਤਾ। ਮੈਨੂੰ ਨਹੀਂ ਨਜ਼ਰ ਆਇਆ, ਪਰ ਕੀ ਸੱਚੀ ਇੱਥੇ ਦਰਵੇਸ਼ ਰਹਿੰਦੇ ਨੇ? ਪਾਦਰੀ ਬੋਲਿਆ। ਜੀ, ਉਹ ਬੜੇ ਪਹੁੰਚੇ ਹੋਏ ਬੰਦੇ ਨੇ, ਮਛੇਰੇ ਨੇ ਜਵਾਬ ਦਿੱਤਾ। ਮੈਂ ਉਹਨਾਂ ਬਾਰੇ ਬੜੇ ਅਰਸੇ ਤੋਂ ਸੁਣ ਰੱਖਿਆ ਸੀ, ਪਰ ਪਿਛਲੇ ਸਾਲ ਉਹਨਾਂ ਨੂੰ ਵੇਖਣ ਦਾ ਮੌਕਾ ਵੀ ਮਿਲਿਆ। ਫਿਰ ਮਛੇਰੇ ਨੇ ਦੱਸਿਆ ਕਿ ਕਿਵੇਂ ਉਹ ਮੱਛੀਆਂ ਫੜਦੇ ਫੜਦੇ ਰਾਤ ਦੇ ਵਕਤ ਟਾਪੂ 'ਚ ਫਸ ਗਿਆ ਸੀ ਅਤੇ ਉਹਨੂੰ ਪਤਾ ਵੀ ਨਹੀਂ ਸੀ ਕਿ ਉਹ ਕਿੱਥੇ ਹੈ। ਸਵੇਰੇ ਜਦੋਂ ਟਾਪੂ 'ਚ ਮਾਰਿਆ ਮਾਰਿਆ ਫਿਰ ਰਿਹਾ ਸੀ ਤਾਂ ਉਹਨੂੰ ਇੱਕ ਝੁੱਗੀ ਅਤੇ ਉਹਦੇ ਨਾਲ ਖੜ੍ਹਾ ਇੱਕ ਬੁੱਢਾ ਆਦਮੀ ਵਿਖਾਈ ਦਿੱਤਾ। ਫਿਰ 2 ਹੋਰ ਵੀ ਆ ਗਏ। ਖਾਣਾ ਖਵਾਉਣ ਅਤੇ ਉਸਦਾ ਸਮਾਨ ਸੁਕਾਉਣ ਦੇ ਬਾਅਦ ਉਹਨਾਂ ਨੇ ਕਿਸ਼ਤੀ ਦੀ ਮੁਰੰਮਤ ਵਿੱਚ ਵੀ ਉਸਦੀ ਮਦਦ ਕੀਤੀ। ਦੇਖਣ 'ਚ ਕਿਵੇਂ ਦੇ ਨੇ? ਪਾਦਰੀ ਨੇ ਪੁੱਛਿਆ। ਇੱਕ ਛੋਟੇ ਕੱਦ ਦਾ ਏ, ਉਹਦੀ ਕਮਰ ਝੁਕੀ ਹੋਈ ਏ, ਬਹੁਤ ਬਜ਼ੁਰਗ ਏ ਅਤੇ ਪਾਦਰੀਆਂ ਵਾਲਾ ਚੋਲਾ ਪਹਿਨਦਾ ਏ। ਮੇਰੇ ਹਿਸਾਬ ਨਾਲ ਲਗਭਗ 100 ਸਾਲ ਦਾ ਤਾਂ ਹੋਊਗਾ ਹੀ, ਪਰ ਉਹ ਹਰ ਵਕਤ ਮੁਸਕਰਾਉਂਦਾ ਰਹਿੰਦਾ ਏ ਅਤੇ ਉਹਦਾ ਚਿਹਰਾ ਤਾਂ ਜਿਵੇਂ ਅਰਸ਼ ਉੱਤੇ ਫਰਿਸ਼ਤੇ ਦੀ ਤਰ੍ਹਾਂ ਰੌਸ਼ਨ ਏ। ਦੂਜਾ ਮੁਕਾਬਲ ਤਾਂ ਲੰਮਾ ਏ, ਪਰ ਉਹ ਬੁੱਢਾ ਵੀ ਬਹੁਤ ਏ, ਫਟਿਆ ਪੁਰਾਣਾ ਕਿਸਾਨਾਂ ਵਾਲਾ ਝੱਗਾ ਪਹਿਨਦਾ ਏ। ਉਹਦੀ ਦਾੜੀ ਚੌੜੀ ਅਤੇ ਜ਼ਰਦ ਮਾਇਲ ਸਲੇਟੀ ਰੰਗ ਦੀ ਏ। ਉਹ ਥੋੜ੍ਹਾ ਤਕੜਾ ਵੀ ਏ, ਇਸ ਤੋਂ ਪਹਿਲਾਂ ਮੈਂ ਉਹਦੀ ਮਦਦ ਕਰਦਾ ਉਹਨੇ ਮੇਰੀ ਕਿਸ਼ਤੀ ਖੜਾਉਣੇ ਦੀ ਤਰ੍ਹਾਂ ਉਲਟਾ ਵੀ ਦਿੱਤੀ। ਉਹ ਵੀ ਹਲੀਮ ਅਤੇ ਖੁਸ਼ ਮਿਜ਼ਾਜ ਏ। ਤੀਸਰੇ ਵਾਲਾ ਲੰਮਾ ਏ, ਉਹਦੀ ਦਾੜੀ ਬਰਫ਼ ਵਾਂਗ ਚਿੱਟੀ ਅਤੇ ਗੋਡਿਆਂ ਤੱਕ ਆਉਂਦੀ ਏ। ਉਹ ਗੰਭੀਰ ਹੈ ਅਤੇ ਵੱਡੀਆਂ ਵੱਡੀਆਂ ਭਾਵਾਂ ਵਾਲਾ ਏ। ਉਹਨੇ ਆਪਣੇ ਲੱਕ ਦੇ ਦੁਆਲੇ ਇੱਕ ਲੂੰਗੀ ਜਿਹੀ ਬੰਨ ਰੱਖੀ ਸੀ। ਉਹਨਾਂ ਨੇ ਤੇਰੇ ਨਾਲ ਕੋਈ ਗੱਲ ਕੀਤੀ? ਪਾਦਰੀ ਨੇ ਪੁੱਛਿਆ। ਬਹੁਤਾ ਸਮਾਂ ਤਾਂ ਉਹ ਖਾਮੋਸ਼ ਹੀ ਰਹੇ ਅਤੇ ਕੰਮ ਕਰਦੇ ਰਹੇ, ਆਪਸ ਵਿੱਚ ਵੀ ਬਹੁਤ ਘੱਟ ਗੱਲ ਕੀਤੀ, ਬਸ ਇੱਕ ਨਜ਼ਰ ਮਾਰਦਾ ਅਤੇ ਦੂਜਾ ਉਹਦੀ ਗੱਲ ਸਮਝ ਜਾਂਦਾ। ਮੈਂ ਲੰਮੇ ਵਾਲੇ ਨੂੰ ਪੁੱਛਿਆ ਕਿ ਤੁਸੀਂ ਕਾਫ਼ੀ ਅਰਸੇ ਤੋਂ ਇੱਥੇ ਰਹਿ ਰਹੇ ਹੋ। ਉਹਨੇ ਜਵਾਬ 'ਚ ਮੈਨੂੰ ਘੂਰ ਕੇ ਦੇਖਿਆ ਅਤੇ ਬੁੜਬੜਾਉਣ ਲੱਗਿਆ ਜਿਵੇਂ ਕਿ ਗੁੱਸੇ 'ਚ ਹੋਵੇ, ਪਰ ਸਭ ਤੋਂ ਬੁੱਢੇ ਨੇ ਉਸਦਾ ਹੱਥ ਫੜਿਆ ਅਤੇ ਮੁਸਕਰਾਇਆ। ਤਾਂ ਇੰਨੇ ਨਾਲ ਲੰਮੇ ਵਾਲਾ ਖਾਮੋਸ਼ ਹੋ ਗਿਆ। ਫਿਰ ਬਾਬੇ ਨੇ ਮੇਰੇ ਵੱਲ ਮੁਸਕਰਾ ਕੇ ਕਿਹਾ, ਸਾਡੇ 'ਚ ਰਹਿਮ ਕਰੋ।
ਮਛੇਰੇ ਦੀ ਗੱਲਬਾਤ ਦੌਰਾਨ ਜਹਾਜ਼ ਕੰਢੇ ਦੇ ਕਾਫੀ ਨਜ਼ਦੀਕ ਪਹੁੰਚਿਆ ਸੀ। ਉਹ ਦੇਖੋ ਸਰਕਾਰ, ਹੁਣ ਕਾਫੀ ਸਾਫ਼ ਨਜ਼ਰ ਆ ਰਿਹਾ ਹੈ, ਸੁਦਾਗਰ ਹੱਥ ਨਾਲ ਉੱਧਰ ਇਸ਼ਾਰਾ ਕਰਦੇ ਹੋਏ ਬੋਲਿਆ। ਪਾਦਰੀ ਨੇ ਦੇਖਿਆ ਤੇ ਹੁਣ ਉਹਨੂੰ ਸਿਆਹ ਪੱਟੀ ਦੀ ਸ਼ਕਲ 'ਚ ਇੱਕ ਟਾਪੂ ਵਿਖਾਈ ਦਿੱਤਾ। ਥੋੜ੍ਹੀ ਦੇਰ ਉਸ ਪੱਟੀ ਵੱਲ ਦੇਖਣ ਤੋਂ ਬਾਅਦ ਉਹ ਜਹਾਜ਼ ਦੇ ਕੰਢੇ ਤੋਂ ਹਟ ਗਿਆ ਤੇ ਡੈੱਕ ਉੱਤੇ ਜਾ ਕੇ ਜਹਾਜ਼ੀ ਤੋਂ ਪੁੱਛਿਆ, ਇਹ ਕਿਹੜਾ ਟਾਪੂ ਏ? ਮਲਾਹ ਨੇ ਜਵਾਬ ਦਿੱਤਾ, ਉਹ ਵਾਲਾ ਉਹ ਤਾਂ ਬੇਨਾਮ ਏ ਜੀ, ਇਹੋ ਜਿਹੇ ਪਤਾ ਨਹੀਂ ਕਿੰਨੇ ਕਿੰਨੇ ਸਮੁੰਦਰ 'ਚ। ਕੀ ਇਹ ਸੱਚ ਏ ਕਿ ਇੱਥੇ ਦਰਵੇਸ਼ ਰੂਹ ਦੀ ਮੁਕਤੀ ਦੀ ਖਾਤਰ ਰਹਿ ਰਹੇ ਨੇ? ਜੀ ਸਰਕਾਰ, ਕਹਿੰਦੇ ਤਾਂ ਐਵੇਂ ਹੀ ਆ, ਪਰ ਸੱਚ ਝੂਠ ਦਾ ਤਾਂ ਮੈਨੂੰ ਵੀ ਨਹੀਂ ਪਤਾ। ਮਛੇਰੇ ਦਾ ਦਾਅਵਾ ਕਰਦੇ ਆ ਕਿ ਉਹਨਾਂ ਨੇ ਵੇਖੇ ਆ, ਪਰ ਤੁਹਾਨੂੰ ਵੀ ਪਤਾ ਹੀ ਆ ਕਿ ਅਕਸਰ ਉਹ ਗੱਪਾਂ ਵੀ ਵੱਡੀਆਂ ਹੀ ਮਾਰ ਜਾਂਦੇ ਆ। ਮੇਰਾ ਟਾਪੂ 'ਤੇ ਰੁਕ ਕੇ ਉਹਨਾਂ ਬੰਦਿਆਂ ਨੂੰ ਮਿਲਣ ਦਾ ਦਿਲ ਕਰਦਾ ਏ, ਪਰ ਮਿਲਾਂ ਕਿਵੇਂ? ਪਾਦਰੀ ਨੇ ਕਿਹਾ। ਸਰਕਾਰ, ਜਹਾਜ਼ ਟਾਪੂ ਦੇ ਬਿਲਕੁਲ ਕੋਲ ਤਾਂ ਨਹੀਂ ਜਾ ਸਕੇਗਾ, ਪਰ ਤੁਹਾਨੂੰ ਛੋਟੀ ਕਿਸ਼ਤੀ ਵਿੱਚ ਉੱਥੇ ਪਹੁੰਚਾਇਆ ਜਾ ਸਕਦਾ ਏ। ਬਿਹਤਰ ਹੋਵੇਗਾ ਕਿ ਤੁਸੀਂ ਕਪਤਾਨ ਨਾਲ ਗੱਲ ਕਰੋ। ਕਪਤਾਨ ਨੂੰ ਬੁਲਾਵਾ ਭੇਜਿਆ ਗਿਆ ਤਾਂ ਉਹ ਫੌਰਨ ਆ ਗਿਆ। ਮੈਂ ਦਰਵੇਸ਼ਾਂ ਨੂੰ ਮਿਲਣਾ ਚਾਹੁੰਦਾ ਹਾਂ, ਤੁਸੀਂ ਮੈਨੂੰ ਤੱਟ 'ਤੇ ਪਹੁੰਚਾ ਸਕਦੇ ਹੋ? ਪਾਦਰੀ ਨੇ ਪੁੱਛਿਆ। ਕਪਤਾਨ ਨੇ ਜਾਨ ਛੁਡਾਉਣ ਦੀ ਕੋਸ਼ਿਸ਼ ਕੀਤੀ ਅਤੇ ਕਿਹਾ, ਜੀ ਹਾਂ ਬਿਲਕੁਲ ਜਾ ਸਕਦੇ ਹਾਂ, ਪਰ ਵਕਤ ਬਹੁਤ ਜ਼ਾਇਆ ਹੋ ਜਾਏਗਾ ਅਤੇ ਗੁਸਤਾਖੀ ਮਾਫ਼, ਬੁੱਢੇ ਇਸ ਕਾਬਲ ਨਹੀਂ ਕਿ ਸਰਕਾਰ ਉਹਨਾਂ ਨੂੰ ਮਿਲਣ ਦੀ ਤਕਲੀਫ ਕਰਨ। ਬਹੁਤੇ ਲੋਕ ਕਹਿੰਦੇ ਆ ਕਿ ਪਾਗਲ ਬੁੱਢੇ ਆ ਜਿਨ੍ਹਾਂ ਨੂੰ ਕਿਸੇ ਦੀ ਗੱਲ ਨਹੀਂ ਸਮਝ ਆਉਂਦੀ, ਕੁਝ ਬੋਲਦੇ ਵੀ ਨਹੀਂ, ਇਵੇਂ ਆ ਜਿਵੇਂ ਸਮੁੰਦਰ ਦੀਆਂ ਮੱਛੀਆਂ ਹੋਣ। ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ, ਪਾਦਰੀ ਬੋਲਿਆ। ਤੁਹਾਡੇ ਵਕਤ ਅਤੇ ਤਕਲੀਫ ਉਠਾਉਣ ਦਾ ਮੁਆਵਜ਼ਾ ਮੈਂ ਅਦਾ ਕਰਾਂਗਾ, ਮਿਹਰਬਾਨੀ ਕਰਕੇ ਕਿਸ਼ਤੀ ਦਾ ਬੰਦੋਬਸਤ ਕਰਵਾਓ। ਕੋਈ ਚਾਰਾ ਨਾ ਚੱਲਿਆ ਤਾਂ ਕਪਤਾਨ ਨੇ ਕਿਸ਼ਤੀ ਤਿਆਰ ਕਰਨ ਦਾ ਹੁਕਮ ਜਾਰੀ ਕੀਤਾ। ਮਲਾਹਾਂ ਨੇ ਚੱਪੂ ਅਤੇ ਪਤਵਾਰ ਤਿਆਰ ਕੀਤੇ ਅਤੇ ਕਿਸ਼ਤੀ ਟਾਪੂ ਵੱਲ ਚੱਲ ਪਈ। ਪਾਦਰੀ ਲਈ ਕਿਸ਼ਤੀ ਵਿੱਚ ਇੱਕ ਕੁਰਸੀ ਰੱਖੀ ਗਈ ਸੀ। ਸਾਰੇ ਮੁਸਾਫਰ ਜਹਾਜ਼ ਦੇ ਕੰਢੇ ਉੱਤੇ ਟਿਕੇ ਟਾਪੂ ਵੱਲ ਦੇਖ ਰਹੇ ਸਨ। ਤੇਜ਼ ਨਜ਼ਰ ਵਾਲਿਆਂ ਨੂੰ ਇੱਥੇ ਪਏ ਪੱਥਰ ਵਿਖਾਈ ਦੇ ਰਹੇ ਸਨ, ਫਿਰ ਮਿੱਟੀ 'ਤੇ ਇੱਕ ਝੁੱਗੀ ਨਜ਼ਰ ਆਈ, ਆਖਿਰ ਇੱਕ ਬੰਦੇ ਨੂੰ ਦਰਵੇਸ਼ ਵੀ ਨਜ਼ਰ ਆ ਗਏ। ਕਪਤਾਨ ਨੇ ਦੂਰਬੀਨ ਕੱਢੀ ਅਤੇ ਇਸ ਨਾਲ ਇੱਕ ਨਜ਼ਰ ਵੇਖ ਕੇ ਪਾਦਰੀ ਨੂੰ ਫੜਾ ਦਿੱਤੀ। ਗੱਲ ਤਾਂ ਸੱਚ ਲੱਗਦੀ ਏ, ਉਹ ਤੱਟ 'ਤੇ ਉਸ ਵੱਡੀ ਚਟਾਨ ਤੋਂ ਥੋੜ੍ਹਾ ਸੱਜੇ ਤਿੰਨ ਬੰਦੇ ਖੜ੍ਹੇ ਨੇ। ਪਾਦਰੀ ਨੇ ਦੂਰਬੀਨ ਫੜੀ, ਸਿੱਧੀ ਕੀਤੀ ਅਤੇ ਤਿੰਨਾਂ ਬੰਦਿਆਂ ਨੂੰ ਵੇਖਿਆ, ਇੱਕ ਲੰਮਾ, ਇੱਕ ਦਰਮਿਆਨਾ ਅਤੇ ਇੱਕ ਬਹੁਤ ਛੋਟਾ ਘੁਬੜਾ ਜਿਹਾ, ਤੱਟ 'ਤੇ ਇੱਕ ਦੂਜੇ ਦਾ ਹੱਥ ਫੜੀ ਖੜ੍ਹੇ ਸਨ। ਕਪਤਾਨ ਪਾਦਰੀ ਵੱਲ ਮੁੜਿਆ, ਸਰਕਾਰ ਜਹਾਜ਼ ਹੋਰ ਅੱਗੇ ਨਹੀਂ ਜਾ ਸਕਦਾ, ਤੁਸੀਂ ਤੱਟ 'ਤੇ ਜਾਣਾ ਚਾਹੁੰਦੇ ਹੋ ਤਾਂ ਗੁਜ਼ਾਰਿਸ਼ ਹੈ ਕਿ ਕਿਸ਼ਤੀ ਵਿੱਚ ਤਸ਼ਰੀਫ਼ ਲੈ ਜਾਓ, ਤਦ ਤੱਕ ਅਸੀਂ ਇੱਥੇ ਲੰਗਰ ਸੁੱਟ ਕੇ ਇੰਤਜ਼ਾਰ ਕਰਦੇ ਹਾਂ। ਰੱਸਾ ਸੁੱਟਿਆ ਗਿਆ, ਲੰਗਰ ਪਾਇਆ ਗਿਆ ਅਤੇ ਬਾਦ ਬਾਦ ਫੜਫੜਾਏ। ਇੱਕ ਝਟਕਾ ਲੱਗਣ ਨਾਲ ਜਹਾਜ਼ ਹਿੱਲ ਗਿਆ, ਫਿਰ ਕਿਸ਼ਤੀ ਨੂੰ ਪਾਣੀ ਵਿੱਚ ਉਤਾਰਿਆ ਗਿਆ। ਇੱਕ ਮਲਾਹ ਛਲਾਂਗ ਮਾਰ ਕੇ ਕਿਸ਼ਤੀ ਵਿੱਚ ਉਤਰਿਆ, ਉਸਦੇ ਬਾਅਦ ਪਾਦਰੀ ਪੌੜੀ ਨਾਲ ਹੇਠਾਂ ਉਤਰ ਕੇ ਕੁਰਸੀ 'ਤੇ ਬੈਠ ਗਿਆ। ਬੰਦਿਆਂ ਨੇ ਚੱਪੂ ਚਲਾ ਕੇ ਕਿਸ਼ਤੀ ਨੂੰ ਤੇਜ਼ੀ ਨਾਲ ਟਾਪੂ ਵੱਲ ਲਿਜਾਣਾ ਸ਼ੁਰੂ ਕਰ ਦਿੱਤਾ। ਜਦੋਂ ਬਹੁਤ ਨੇੜੇ ਆ ਗਏ ਤਾਂ ਉਹਨਾਂ ਨੂੰ ਤਿੰਨ ਬੰਦੇ ਵਿਖਾਈ ਦਿੱਤੇ, ਇੱਕ ਲੂੰਗੀ ਪੋਛ ਲੰਮਾ, ਇੱਕ ਮਦਰਾ ਜਿਸਨੇ ਚੀਥੜੇ ਜਿਹਾ ਕੋਟ ਪਹਿਨ ਰੱਖਿਆ ਸੀ ਅਤੇ ਇੱਕ ਬਹੁਤ ਬੁੱਢਾ, ਬੁਢਾਪੇ ਦੀ ਵਜ੍ਹਾ ਨਾਲ ਝੁਕਿਆ ਹੋਇਆ, ਪੁਰਾਣੀ ਪੁਸ਼ਾਕ ਪਹਿਨੇ ਹੋਏ, ਹੱਥਾਂ 'ਚ ਹੱਥ ਫੜੀ ਖੜ੍ਹੇ ਸਨ। ਮਲਾਹਾਂ ਨੇ ਸਾਵਧਾਨੀ ਨਾਲ ਕਿਸ਼ਤੀ ਨੂੰ ਤੱਟ 'ਤੇ ਲਗਾਇਆ ਅਤੇ ਪਾਦਰੀ ਦੇ ਉੱਤਰ ਜਾਣ ਤੱਕ ਕਿਸ਼ਤੀ ਨੂੰ ਰੋਕ ਰੱਖਿਆ। ਬੁੱਢੇ ਉਸਨੂੰ ਦੇਖ ਕੇ ਅਦਬ ਨਾਲ ਝੁਕੇ ਅਤੇ ਪਾਦਰੀ ਨੇ ਉਹਨਾਂ ਨੂੰ ਦੁਆ ਦਿੱਤੀ, ਜਿਸ ਨੂੰ ਸੁਣ ਕੇ ਉਹ ਹੋਰ ਵੀ ਝੁੱਕ ਗਏ। ਫਿਰ ਪਾਦਰੀ ਉਹਨਾਂ ਨੂੰ ਮੁਖਾਤਬ ਹੋਇਆ, ਅੱਲਾ ਦੇ ਬੰਦਿਓ, ਮੈਂ ਸੁਣਿਆ ਏ ਕਿ ਤੁਸੀਂ ਆਪਣੀ ਰੂਹ ਦੀ ਹਿਫਾਜ਼ਤ ਖਾਤਰ ਇੱਥੇ ਰਹਿੰਦੇ ਹੋ ਅਤੇ ਤੁਸੀਂ ਖੁਦਾ ਕੋਲੋਂ ਸਰਬੱਤ ਦੀ ਖੈਰ ਵੀ ਮੰਗਦੇ ਹੋ। ਮੈਂ ਵੀ ਮਸੀਹ ਦਾ ਅਦਨਾ ਸੇਵਕ ਹਾਂ, ਖੁਦਾ ਦੀ ਦਇਆ ਨਾਲ ਉਸਦੀ ਰਿਆਇਆ ਦਾ ਧਿਆਨ ਰੱਖਣਾ ਅਤੇ ਉਹਨਾਂ ਦੀ ਤਰਬੀਅਤ ਕਰਨਾ ਮੇਰੀ ਜ਼ਿੰਮੇਵਾਰੀ ਏ। ਅੱਲਾ ਵਾਲਿਓ, ਮੇਰੀ ਖਾਹਿਸ਼ ਸੀ ਕਿ ਤੁਹਾਨੂੰ ਮਿਲਾਂ ਅਤੇ ਤੁਹਾਨੂੰ ਵੀ ਕੁਝ ਸਿਖਾਵਾਂ। ਬੁੱਢੇ ਇੱਕ ਦੂਜੇ ਤਰਫ ਵੇਖ ਕੇ ਮੁਸਕਰਾਏ ਪਰ ਖਾਮੋਸ਼ ਰਹੇ। ਮੈਨੂੰ ਦੱਸੋ, ਪਾਦਰੀ ਬੋਲਿਆ, ਤੁਸੀਂ ਆਪਣੀ ਰੂਹ ਦੀ ਹਿਫਾਜ਼ਤ ਖਾਤਰ ਕੀ ਕਰ ਰਹੇ ਹੋ ਅਤੇ ਤੁਸੀਂ ਇਸ ਟਾਪੂ ਵਿੱਚ ਰਹਿ ਕੇ ਖੁਦਾ ਦਾ ਕਿਹੜਾ ਕੰਮ ਕਰ ਰਹੇ ਹੋ? ਦੂਜੇ ਦਰਵੇਸ਼ ਨੇ ਆ ਭਰੀ ਅਤੇ ਸਭ ਤੋਂ ਬਜ਼ੁਰਗ ਬਾਬੇ ਵੱਲ ਦੇਖਿਆ। ਬਾਬਾ ਮੁਸਕਰਾਇਆ ਅਤੇ ਬੋਲਿਆ, ਖੁਦਾ ਦੇ ਬੰਦੇ, ਸਾਨੂੰ ਨਹੀਂ ਪਤਾ ਕਿ ਖੁਦਾ ਦੀ ਖਿਦਮਤ ਕਿਵੇਂ ਕਰਨੀ ਹੈ, ਅਸੀਂ ਤਾਂ ਬਸ ਆਪਦਾ ਕੰਮ ਕਾਜ ਕਰਕੇ ਗੁਜ਼ਰ ਬਸਰ ਕਰਦੇ ਹਾਂ।
पर तुसी खुदा की इबादत किवें करते हो? पादरी ने पूछा। दरवेश ने जवाब दिता, असी तां इस तरह दुआ करते हाँ, तुसी तिन हो असी भी तिन हाँ, साडे ते रहम करो। जब बुढ़ा यह शब्द कह रहा सी, तिना दरवेशा ने नज़र आसमान वाल उठाइया ते बोले, तुसी तिन हो असी भी तिन हाँ, साडे ते रहम करो। पादरी मुस्कुराया, थोनू पवित्र तिकड़ी का तो पता है, पर तुहाडा इबादत का तरीका दुरुस्त नहीं है। अल्लाह वाले, मैनू तुहाडे नाल हमदर्दी हो गई है। साफ है कि तुसी खुदा नू खुश करना चाहते हो, पर तुहानू तरीका नहीं पता। इबादत एवें नहीं करते, मैं तुहानू सिखाउना, तुसी बस सुनते जाओ। जो तरीका मैं तुहानू दसांगा वह मेरा घड़िया होया नहीं है, संगो खुदावंद ने संतां राही बंदियां नू इस तरीके नाल उसकी इबादत करन दा हुक्म दिता है। फिर पादरी ने उन्हां नू समझाउणा शुरू किया कि किस तरह खुदा ने खुद नू लोकां उत्ते पाक किया। उसने उन्हां नू बाप खुदा, बेटे खुदा ते रूह खुदा बारे भी दस्या। खुदा दा पुत्तर इंसानां दी जान बख्शी करवाउण लई जमीन उत्ते आया सी, ते उसने सानू इबादत दा इह तरीका सिखाया। साडा बाप, पहले बुढ़े ने पादरी दे पिछे दोहराया, साडा बाप। उसके पिछे दूजा बोलिया, साडा बाप, ते फिर तीजा बोलिया, साडा बाप जो उपर सुरग विच है। पादरी बोलिया, पहला बुढ़े ने दोहराया जो उपर सुरग विच है, पर दूजे कोलो शब्द गलत मलत हो गए। उसके वधे हुए वाल उसके मूँह विच आ रहे सन, इसलिए उस कोलो ठीक नहीं बोलिया जाता सी। सब तो बुढ़े बाबे दे दंद नहीं सन, उसने भी पोपले मूँह विचों कुछ अंट शंट बोल दिता। पादरी ने दोबारा शब्द दोहराए, उहदे पिछे पिछे बुढ़े भी दोहरावन लगे। पादरी एक पत्थर ते बैठ गया ते बुढ़े उसके सामने बैठ गए। जिवें जिवें वह बोलता, बुढ़े भी उहदे वल मूँह करके उही दोहराई जांदे। सारा दिन पादरी जान मारदा रहा, एक एक लफ्ज़ नूं वी वी ती ती ते सौ सौ मरतबा दोहराउंदा रहा, ते बुढ़े उहदे पिछे पिछे दोहराउंदे रहे। वह गलती करदे, वह सही करदा, ते फिर शुरू तो शुरू करा दिंदा। पादरी उत्थे ही रहा जब तक कि उन्हां नूं पूरी दुआ जबानी ना याद हो गई। वह ना सिर्फ उसके पिछे दोहराउण जोगे हो गए, सगों उहदे बिना भी उन्हां नूं पूरी दुआ याद हो गई। दरम्यान वाले ने सब तो पहला दुआ याद करके जबानी सुनाई। पादरी के कहने उसने दूसरों की भी वार वार दोहराई कराई, आखिरकार दूसरों भी दुआ याद हो गई। अंधकार छा रहा सी, पानिया के पिछों चन्न चढ़ रहा सी। तद पादरी जहाज उत्ते वापस जाने लई उठ खड़ा होया। उसने बुढ़ा तो जाने की इजाजत मंगी, वह उहदे सामने आदर नाल झुक गए। पादरी ने उन्हां नूं उठाया, एक एक नूं चुम्मिया, ते उन्हां नूं उसदे दसे हुए तरीके नाल इबादत करन दी हिदायत कीती। किश्ती विच बैठ के वापस जाते हुए उन्हूं बुढ़ा दीआं आवाज़ां आ रही सन, वह उच्ची उच्ची दुआ पढ़ रहे सन। जिवें जिवें किश्ती जहाज के नज़दीक हुंदी गई, उन्हां दीआं आवाज़ां मध्यम हुंदीआं चलीआं गईआं, पर चन्न दी चाननी विच उन्हां दी धुंधली जिही झलक दिखाई दे रही सी। जिथे वह उन्हां नूं छड्ड के आया सी, वह उसी जगह ते खड़े सन। पादरी दे जहाज ते पहुँचते ही लंगर उठा के बादबान खोल दिते गए। हवा ने बादबानां नूं भर दिता ते जहाज टापू तो दूर जाण लगा। पादरी डैक ते एक जगह ते बैठ गया ते उस टापू वल देखण लग पिया जिन्हों पिछे छड्ड आया सी। थोड़ी देर तक दरवेश नज़र आउंदे रहे, फिर वह नज़र तो ओहले हो गए, पर टापू नज़र आउंदा रहा। आखिरकार वह भी गायब हो गया, नज़र दे अगे समुंदर ही समुंदर रह गया, चांदनी विच करवटां लैंदा समुंदर। यात्री सौ गए, डैक ते खामोशी सा गई। पादरी सौना नहीं चाहुंदा सी, वह डैक ते कल्ला बैठा रहा ते समुंदर वल देखदा रहा। उन्हां भले मानस दरवेशां बारे सोच रहा सी कि वह लोग दुआ याद करके किन्ने खुश होए सन, ते खुदा दा शुक्र अदा किया कि उसने उसनू इन्ने खुदा प्रस्त लोगों नू कुछ सिखाण तो उन्हां दी मदद करन दा मौका दिता। बस पादरी बैठा रहा, सोचता रहा ते समुंदर वल देखता रहा जिथे टापू उहदी नज़रां तो ओहले हो गया सी। चाननी उस दीआं नज़रां दे सामने टिमटमाउंदी रही ते झिलमिलाउंदी रही। अचानक उसनू समुंदर उत्ते फैली चांदनी ते कोई सफेद ते चमकदी हुई चीज़ विखाई दित्ती। पता नहीं है कोई बगला सी जां किसे किश्ती दा छोटा जिहा चमकदार बादबाण। पादरी ने सोचते सोचते उस ते नज़र टिका दित्ती। एक किश्ती ही लगती है जो साढ़े पिछे पिछे बहुत तेजी नाल चली आ रही है।
हुण कुछ पल पहला तो बड़ी दूर सी पर हुण बड़ी नज़दीक है। पर किश्ती तो हो नहीं सकती क्योंकि बार बार तो कोई नज़र नहीं आ रहा। खैर जो कुछ भी है साडा पिछा कर रहा है तो साढ़े तक पुजन ही वाला है। उन्हें समझ नहीं आ रही सी कि आखिर चीज़ की सी। किश्ती नहीं है, परिंदा नहीं है, तो मच्छी भी नहीं है। आदमी तो वह बहुत वड्डी चीज़ सी, तो उन जिवें बंदा समुंदर विच तो आ नहीं सकता। पादरी उठा तो मलाह नूं बोलिया, ओ वेखो पता नहीं की चीज़ है। हालांकि उसनूं साफ दिखाई दे रहा सी कि की चीज़ है। पानी उत्ते भज्जे हुंदे हुए तीनों दरवेश निरे चिट्टे सफेद, उन्हां दीआं भूरीआं दाड़ियां चमक रहीआं सन, ते ओह इन्नी तेज़ी नाल जहाज़ दे नेड़े आ गए जिवें जहाज़ रुकिआ होइआ होवे। उन्हां दी नज़र पैंदे ही पतवार उत्ते बैठे मलाह ने खौफ नाल पतवार छड्ड दित्ता। ओ मेरे खुदा, दरवेश तां पानी ते इदां भज्जे आ रहे ने जिवें खुश्क जमीन ते भज्जे आ रहे होण। दूजे मुसाफर उसकी गल सुनते ही उठ खड़े हुए ते जहाज़ दे कंडे तों उन्हां दा मजमा लग गया। उन्होंने वेख्या कि दरवेश हत्थां विच हत्थ पाई उन्हां वल भज्जे आ रहे ने। सज्जे खब्बे वाले दरवेश जहाज़ नूं रुकण दा इशारा कर रहे सन। पानी दे उत्ते तीनों बिना पैर हिलाए हत्थां च हत्थ पाई चले आ रहे सन। जहाज़ रुकण तों पहलां दरवेश उस तक आण पुज्जे, सिर झुकाई तीनों इक्को आवाज़ कहण लगे, अल्लाह दे बंदे सानू तुहाडियां दसियां होईयां सिक्ख्यावां भुल गईयां। जिन्नी देर असीं दोहराउंदे रहे सानू याद रहियां, पर जिवें ही असीं दोहराई थोड़ी बंद कीती एक हरफ भुल गया, ते हुण एक हरफ करके सारी दुआ भुल गई, सानू कुछ याद नहीं रहा, सानू दोबारा सिखा दिओ। पादरी ने सीने ते सलीब बनाई ते जहाज़ दे कंडे ते झुक के बोलिया, अल्लाह दे बंदेओ तुहाडी खुद की दुआ खुदा तक पहुँच जाएगी, मैं कुछ नहीं पढ़ा सकता, बस साडे वर्गे गुनाहगारां लई दुआ कर देना। फिर पादरी उन्हां बुढ़ा दे सामने बहुत अदब नाल झुक गया। ओ मुड़े ते समुंदर उत्ते उड़दे हुए निगाहां तो उल्ले हो गए। जिस जगह वह नज़रां तो उल्ले हुए सन, एक नूर सवेर होने तक उस जगह लिशकारे मारदा रहा।